ਇੱਥੇ ਸਿਰਫ ਨਾ ਥੋੜਾ ਜਿਹਾ ਕੰਮ ਹੈ ਬਾਈ, ਵਾਲ ਕਰਵਾ ਲੈਣੇ ਆ ਤੇ ਲਗੇ ਚੱਲਨੇ ਆ। ਬਹਰਹਾਲ ਜਿਸ ਟਾਈਮ ਉਹਨਾਂ ਖੋਲਿਆ ਨਾ ਤੇ ਅੱਗੂ ਵੱਡਾ ਨੂੰ ਕੁਛ ਲਾਇਆ, ਪੂਰੇ 2000 ਰੁਪਏ ਦਾ ਟੀਕਾ ਲੱਗ ਗਿਆ ਮਨ ਸੁਬਾ ਸੁਬਹ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਅਖਨ। ਵਾਲੇਕੁਮ ਕੀ ਹਾਲ? ਠੀਕ ਆ। ਮੁੰਡਾ ਸਾਡਾ ਇਹ ਸੁੱਤਾ ਸੁੱਤਾ ਬਿਲਕੁਲ ਬਿਲਕੁਲ ਹੁਣ ਉੱਠਦਾ ਪਿਆ। ਹੋਰ ਸੁਣਾ, ਸਕੂਲ ਜਾਣਾ ਹੀ ਅੱਜ? ਵੇਲੀ ਜਾਣਾ ਹੀ, ਮੈਂ ਵੇਲੀ ਚੱਲੂ। ਚਲੀਏ ਚਲਾ ਬਾਜ ਆ ਚਲ ਆ ਚਲ। ਅੱਜ ਸੁਬਹ ਸੁਬਹ ਦੀ ਕੋਈ ਡਿਮਾਂਡ ਨਹੀਂ। ਇਹ ਤੇ ਤੂੰ ਸਟਾਰਟ ਫਿਰ ਆ ਜਾ। ਫਿਰ ਆਉਣੇ ਮੀਆਂ? ਮੈਂ ਆਉਣਾ ਹੀ, ਪਹਿਲਾਂ ਇੱਥੇ ਦੱਸ ਲਿਆ ਅਸੀਂ ਵੇਲੀ ਹੋ ਕੇ ਆਉਣੇ ਪਏ। ਯਾਰ ਮਾਮਾ ਦੱਸ ਚੱਲਾਂ ਮੈਂ ਵੇਲੀ ਵੇਲੀ ਕੀ ਕੰਮ, ਜਲਦੀ ਆ ਮੈਂ ਇੱਥੇ ਹਾਂ ਅਤੇ ਇੱਕ ਥੋੜ੍ਹਾ ਜਿਹਾ ਕੰਮ ਹੈ, ਉਹ ਕੰਮ ਕਰਕੇ ਆਉਣੇ ਪਿਆ ਅਤੇ ਮੈਂ ਆਇਆ ਅਤੇ ਅੱਗੇ ਬਾਹਰ ਇੱਥੇ ਨਾਨਕਿਆਂ ਦੇ ਆਇਆ ਅਤੇ ਫਿਰ ਮੈਂ ਆਖਿਆ ਚੱਲ ਤੂੰ ਹੀ ਮੇਰੀ ਵੀਡੀਓ ਤੋਂ ਸ਼ੁਰੂਆਤ ਕਰ, ਨਾਲੇ ਚੱਲ ਕੇ ਦੂਜੇ ਨੂੰ ਮਿਲਣਾ, ਨਾਲੇ ਮੈਂ ਆਖਿਆ ਸੁਬਹ ਸੁਬਹ ਵਾਕਸ਼ਾ ਕਰ ਲਈਏ, ਨਾਲੇ ਤੁਹਾਨੂੰ ਸੁਬਹ ਸੁਬਹ ਜਾ ਕੇ ਮੋੜ ਚਲੋ ਹਾਲੀ ਆਓ ਜਾ ਜਲਦੀ ਜਲਦੀ ਆਰਾਮ ਦਾ ਜੇ ਪਿਆ ਪੈਦਾ ਆਰਾਮ ਨਾਲ ਡਿੱਗੀ ਨਾ ਡਿੱਗੀ ਨਾ ਡਿੱਗੀ ਨਾ ਡਿੱਗੀ ਨਾ। ਚਲੋ ਚੱਲਦੇ ਹਾਂ, ਚੱਲ ਕੇ ਤੁਹਾਨੂੰ ਮਿਲਣਾ। ਸ਼ਾਹ ਖਾਣੀ ਆ ਕੋਈ ਪੱਕਾ? ਚਲੋ ਇੱਥੇ ਬੜਾ ਸਿੱਕੜ ਜਿਹਾ ਬਣੇ ਆ ਗਲੀ 'ਚ, ਉੱਥੇ ਅੱਗੇ ਅਸਲ 'ਚ ਕੰਮ ਪਿਆ ਹੁੰਦਾ ਨਾ, ਫਿਰ ਅੱਗੋਂ ਪਾਣੀ ਦਾ ਰਾਹ ਬਣਦੇ ਅਤੇ ਫਿਰ ਪਾਣੀ ਇਸ ਇੱਧਰ ਆ ਜਾਂਦਾ, ਸ਼ਹਿਰ ਇਸ ਗਲੀ ਵਿੱਚ ਗੰਦ ਫੈਲੀ ਆਉਂਦਾ। ਚਲੋ ਚੱਲਦੇ ਹਾਂ ਸ਼ਹਿਰ, ਉਹ ਸ਼ਹਿਰ ਆਖਰ ਹੈ ਅਸਲ 'ਚ। ਮੈਂ ਜਿਸ ਟਾਈਮ ਸੁਬਹਾ ਵੀਡੀਓ ਸਟਾਰਟ ਕਰਨਾ ਨਾ ਸਿੱਧਾ ਮੈਂ ਸ਼ਹਿਰ ਦਾ ਨਾਂ ਲੈਣ, ਚਲੋ ਚੱਲਣੇ ਸ਼ਹਿਰ ਹੁਣ ਮੈਂ ਨਾ, ਚਲੋ ਚੱਲਣੇ ਸ਼ਹਿਰ ਪਰ ਚੱਲਦੇ ਹਾਂ ਵੇਦੀ। ਚਲੋ ਮਾਸ਼ਾਅੱਲਾ ਸੜਕੇ 'ਤੇ ਪਹੁੰਚਿਆ ਤਾਂ ਸੜਕੇ 'ਤੇ ਬੜਾ ਪਾਲਾ ਲੱਗਦਾ ਕਿਉਂਕਿ ਸਾਡਾ ਤੋਂ ਰੋਡ 'ਚੋਂ ਗੱਡੀਆਂ ਛੱਡੀਆਂ ਨਿਕਲਦੀਆਂ ਨਾ, ਇੱਥੇ ਬੜੀ ਸਰਦੀ ਹੈ, ਧੁੱਪ ਬੜੀ ਆ, ਜਿਹੜੀ ਧੁੱਪ ਨਹੀਂ ਹਲਕੀ ਇਹ ਬੜੀ ਮਦਦ ਹੀ ਲੱਗਦੀ। ਚਲੋ ਚੱਲਦੇ ਹਾਂ ਲੈ ਕੇ ਦਿੰਦੇ ਹਾਂ ਸ਼ਹਿ ਸ਼ਹਿ ਕਿਹੜੀ ਲੈਣੀ ਹੈ? ਬਬਲਾਂ ਤਾਂ ਨਹੀਂ ਨਾ ਖਾਈ ਦੇ ਸੁਬਹਾ ਸੁਬਹਾ, ਕੋਈ ਬਿਸਕਿਟ ਵਗੈਰਾ ਲੈਣੀ ਲੈ ਲੈ, ਨਾਲੇ ਦੂਜੇ ਭਾਈ ਵਾਸਤੇ ਫਲ। ਚਲੋ ਇਹਨੂੰ ਸ਼ਹਿ ਲੈ ਕੇ ਦਿੰਦੇ ਸਿੱਧਾ, ਹੁਣ ਆਪਾਂ ਵੀ ਸ਼ਹਿ ਲੈ ਲਈ, ਆਪਾਂ ਵੀ ਆਖਿਆ ਮਾੜਾ ਜਿਹਾ ਬਿਸਕਿਟ ਖਾ ਲਈਏ ਕਿਉਂਕਿ ਆਈਏ, ਮੈਂ ਨਾਸ਼ਤਾ ਵੀ ਨਹੀਂ ਕੀਤਾ ਫਿਰ ਮੈਂ ਆਖਿਆ ਖਾ ਅਤੇ ਇਹਦੇ ਵਾਸਤੇ ਵੀ ਇਹਦੇ ਵਾਸਤੇ ਵੀ ਲੈ ਲੈਣੇ, ਇਹਦੇ ਵਾਸਤੇ ਵੀ ਲੈ ਲੈਣੇ ਅਤੇ ਇਹਦੇ ਨਿੱਕੇ ਭਰਾ ਵਾਸਤੇ ਕਿ ਉਹ ਹੈ ਇੱਕੋ ਜਿੱਦਾਂ ਹੀ ਨੇ ਜੋੜਵਾਂ ਨੇ ਨਾ, ਹੁਣ ਮੈਂ ਕਿਹਨੂੰ ਨਿੱਕਾ ਆਖਾਂ, ਦੂਜੇ ਭਰਾ ਵਾਸਤੇ ਵੀ ਲੈ ਲੈ। ਚਲੋ ਨਾਲੇ ਉਹਨੂੰ ਚੱਲ ਕੇ ਮਿਲਣੇ ਆ, ਨਾਲੇ ਆਪਣਾ ਕੰਮ ਕਰਕੇ ਅਤੇ ਸਿੱਧਾ ਵਾਪਸ ਆਉਂਦੇ ਹਾਂ। ਇਹ ਚੈੱਕ ਕਰ, ਸੁਬਹਾ ਸੁਬਹਾ ਬੱਚੇ ਆਏ ਨੇ ਸਕੂਲ ਦੇ ਅਤੇ ਆਈਏ, ਗੇਟ ਕੋਨਾ ਖੁੱਲ੍ਹਿਆ ਤਾਂ ਇਹ ਆ ਕੇ ਧੁੱਪ ਸੇਕਦੇ ਨੇ ਪਏ ਅਤੇ ਤਕਰੀਬਨ ਅੱਜ ਤੋਂ 3 ਸਾਲ ਪਿੱਛਾਂ ਜਾਈਏ ਨਾ, 2 ਤੋਂ 3 ਸਾਲ ਪਿੱਛਾਂ ਜਾਈਏ ਅਤੇ ਅਸੀਂ ਵੀ ਇੰਜੇ ਆ ਕੇ ਸੁਬਹਾ ਤਰੇਲ ਪਈ ਆ, ਚੰਗੀ ਭਲੀ ਤਰੇਲ ਪਈ ਆ, ਹਾਏ ਸੁਬਹਾ ਸੁਬਹਾ ਜਿਹੜੇ ਨੇ ਨਾ ਸਾਰੇ ਬੰਦੇ ਆਪਣਾ ਆਪਣਾ ਕੰਮ ਪੈ ਜਾਂਦੇ ਨੇ, ਚੁੰਮ ਛਕ ਕੇ ਮਾਮੇ ਲਾਉਂਦਾ ਨਿੱਕਾ ਮੁੰਡਾ ਮਾਨੀ ਹੈ ਉਹ ਕੁੱਟ ਲੈ ਪਿਆ ਹੁੰਦਾ। ਚਲੋ ਵੇਖਣਾ ਜੀ, ਉਹ ਵੀ ਪਤਾ ਨਹੀਂ ਪਾ ਕਿੰਨੀ ਲੱਗਦਾ ਪਿਆ, ਵੇਹਲੀ ਆਇਆ ਅਤੇ ਅੱਗੇ ਇਹ ਮਾਮੇ ਦਾ ਮੁੰਡਾ ਇਹ ਲੈ ਕੇ ਆਇਆ ਅਤੇ ਸ਼ਹਿ ਖਾ ਜਲਦੀ, ਫਿਰ ਚਲੀਏ ਦੂਜਾ ਏ ਜਿਹੜਾ ਨਾ ਉਹ ਸੁੱਤੀਏ, ਚਲੀਏ ਹੁਣ ਮੈਂ ਥੋੜ੍ਹਾ ਜਿਹਾ ਕੰਮ ਕਰਨਾ, ਮੈਂ ਕੰਮ ਕਰਕੇ ਤਾਂ ਸਿੱਧਾ ਫਿਰ ਵਾਪਸ ਚਲੀਏ ਕਿਉਂਕਿ ਚੱਲ ਕੇ ਰੈਡੀ ਹੋਣਾ, ਰੈਡੀ ਹੋ ਕੇ ਫਿਰ ਕੰਮ 'ਤੇ ਵੀ ਜਾਣਾ। ਦੱਸ ਫਾਈਨਲ ਵੀ ਅਗਰ ਤੁਹਾਡਾ ਭਰਾ ਰੈਡੀ ਹੋ ਗਿਆ, ਰੈਡੀ ਸ਼ੈਡੀ ਹੋ ਕੇ ਲੋਕ ਤਾਂ ਤੁਹਾਨੂੰ ਮੈਂ ਨਹੀਂ ਵਹਾ ਸਕਦਾ, ਪਰ ਫਿਰ ਐਨ ਜੀ ਹੋਈ ਹੈ ਲੋਕ ਅਤੇ ਕੋਟ ਸ਼ਰਟ ਲਾ ਲਿਆ, ਐਨਕ ਸ਼ੈਨਕ ਲਾ ਲਈ ਅਤੇ ਚਲੋ ਚੱਲਦੇ ਹਾਂ ਸਿੱਧਾ ਸ਼ਹਿਰ, ਹੁਣ ਨਹੀਂ ਮੈਂ ਆਖਦਾ ਸਿੱਧਾ ਸ਼ਹਿਰ ਚੱਲਣਾ। ਅਤੇ ਇੱਧਰ ਬੱਕਰੀਆਂ ਚੈੱਕ ਕਰੋ, ਧੁੱਪ ਸੇਕਣ ਲੱਗੀਆਂ ਨੇ ਅਤੇ ਅਸੀਂ ਵਾਹ ਖਾਣ ਚੱਲੇ। ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੈ, ਮੈਂ ਰੈਡੀ ਸ਼ੈਡੀ ਹੋ ਗਿਆ। ਹਾਂ ਆ ਜਾ ਆ ਜਾ, ਮਜ਼ੇ ਚੱਲਦਾ ਪਿਆ ਬੋਲੂਗਾ ਅਤੇ ਫਿਰ ਮੈਂ ਅੱਗੋਂ ਕੈਮਰਾ ਆਨ ਕੀਤਾ ਅਤੇ ਅੱਧਾ ਤੂੰ ਪਹਿਲਾਂ ਇਹਨਾਂ ਦਾ ਮੁੱਕ ਲਿਆ, ਫਿਰ ਤੂੰ ਚਲੋ ਮੈਂ ਰੈਡੀ ਸ਼ੈਡੀ ਹੋ ਗਿਆ, ਸਕੂਟਰ ਕਰ ਲਿਆ ਅਤੇ ਇਨਸ਼ਾਅੱਲਾ ਹੁਣ ਸਿੱਧਾ ਰਵਾਨਾ ਭਿਆਉਂਦੇ ਹਾਂ। ਜਨਾਬ ਅਸੀਂ ਆ ਗਏ ਆਪਣੇ ਸਕੂਟਰ ਨੂੰ ਵਾਲ ਕਰਵਾਉਣਾ ਲਾਲੇ ਕੋਲੋਂ ਅਤੇ ਇਹ ਥੋੜ੍ਹਾ ਜਿਹਾ ਹੁਣ ਤੁਸੀਂ ਵੀ ਆਉਂਦੇ ਚਟਬਾ ਰੋਜ਼ ਆਪਣਾ ਆਉਂਦੇ, ਬਸ ਮੇਰਾ ਥੋੜ੍ਹਾ ਜਿਹਾ ਕੰਮ ਹੈ ਸਿਰਫ ਆਪਣਾ ਬੈਟਰੀ ਚੈੱਕ ਕਰਾਉਣੀ, ਬੈਟਰੀ ਲੋਸ ਹੋਈ ਜਾਂ ਨਹੀਂ ਲੋ, ਬਸ ਬਈ ਇੱਕ ਵਾਰ ਉਹਨੇ ਆਖਿਆ ਤੇਰਾ ਰੋਜ਼ ਸਕੂਟਰ ਖਰਾਬ ਹੋ ਜਾਂਦਾ,
ਉਹ ਕੀ ਕਰੇ ਬੈਠੇ ਜਾਵਾਂ ਸਾਰਾ ਬਸ ਬੈਠੇ ਪੁਰਾਣੀ ਬਸ ਚੈੱਕ ਕਰਾਉਣੀ ਚੈੱਕ ਕਰਾ ਕੇ ਸਿੱਧਾ ਕੰਮ 'ਤੇ ਬਸ ਇਹ ਮਾੜਾ ਜਿਹਾ ਕੰਮ ਹੈਗਾ ਮੈਂ ਜੇ ਆਖਿਆ ਚਲੋ ਇੱਥੇ ਸਿਰਫ ਨਾ ਥੋੜ੍ਹਾ ਜਿਹਾ ਕੰਮ ਹੈ ਬਾਈ ਵੱਲ ਕਰਵਾ ਲੈਂਦੇ ਹਾਂ ਅਤੇ ਲੱਗੇ ਚੱਲਦੇ ਹਾਂ ਬਹਰਹਾਲ ਜਿਸ ਟਾਈਮ ਉਹਨਾਂ ਖੋਲਿਆ ਨਾ ਅਤੇ ਅੱਗੋਂ ਵੱਡਾ ਨੂੰ ਕੁਛ ਲਾਇਆ ਪੂਰੇ 2000 ਰੁਪਏ ਦਾ ਟੀਕਾ ਲੱਗਿਆ ਮਨ ਸੁਬਹਾ ਸੁਬਹਾ ਬਾਈ ਸੁਬਹਾ ਸੁਬਹਾ ਹੀ ਕਰਮਾ ਲਿਆ ਤੁਮ ਸੁਬਹ ਸੁਬਹ 2000 ਦਾ ਟੀਕਾ ਠੋਕ ਸਰਿਆ ਵਿਆਹਤੀ ਤਾਂ ਮੈਂ ਨਾ ਕੀਤੀ ਹੈ ਚਲੋ ਕੋਈ ਯਾਰ ਮੇਰੇ ਆਪਣੇ ਕੰਮ ਹੁੰਦਾ ਰਹਿੰਦਾ ਹੁਣ ਅਸੀਂ ਇੱਥੋਂ ਵਾਲ ਛਲ ਕਰਵਾ ਕੇ ਕਿਉਂ ਚੱਲਿਆ ਸਿੱਧਾ ਦੁਕਾਨ ਦੇ ਟਾਈਮ ਹੋ ਗਿਆ 10:30 ਦਾ ਅਤੇ 9 ਵਜੇ ਮੈਂ ਆਪਣਾ ਹੁੰਦਾ ਪੂਰਾ 1.5 ਘੰਟਾ ਲੇਟ ਵੀ ਹਾਂ ਅਤੇ ਉੱਥੋਂ 2000 ਦਾ ਟੀਕਾ ਵੀ ਠੋਕ ਗਿਆ ਚਲੋ ਮਸਲਾ ਅੱਲਾ ਪੁੱਛੇ ਤਾਂ ਇਹਨਾਂ ਕੋਲ ਚਲੋ ਚਲੋ ਮੈਂ ਇੱਥੇ ਆ ਗਿਆ ਅਲਸ਼ਬਾਦ ਮੈਡੀਕਲ ਸਟੋਰ ਇੱਥੇ ਥੋੜ੍ਹਾ ਜਿਹਾ ਛਤਰੇ ਛਤਰੇ ਲੈਣੇ ਨੇ ਉਹ ਲੈ ਕੇ ਫਿਰ ਸਿੱਧਾ ਘਰ ਵਾਪਸੀ ਚਾਬੀ ਮੈਂ ਖੋਲ ਲੈਣਾ ਇੱਥੇ ਚਾਬੀ ਪਹੁੰਚ ਜਾ ਜਨਾਬ ਲੈ ਲਿਆ ਵੇਖ ਦਵਾਈ ਟੰਗੀ ਟੰਗੇ ਸਿੱਧੇ ਪੈਸੇ ਉਹਦੇ ਦੇਣੇ ਨੇ ਜਿਹਦੇ ਕੋਲ ਮੈਂ ਸੁਬਹ ਸਕੂਟਰ ਵਾਲ ਕਰਵਾਇਆ ਉਹਨੂੰ ਪੈਸੇ ਦੇ ਕੇ ਸਿੱਧਾ ਵਾਪਸ ਜਨਾਬ ਆ ਗਿਆ ਮੁੜੇ ਕੋਲ ਜਿਹਦੇ ਕੋਲ ਵਾਲ ਛਲ ਕਰਵਾਇਆ ਇਹਨਾਂ ਨਾਲ ਪੈਸੇ ਦੇਣੇ ਆ ਅਤੇ ਨਾਲੇ ਤੇਲ ਵੀ ਚੇਂਜ ਕਰਨਾ ਠੀਕ ਹੈ M5 ਤੇਲ ਜਿਹੜਾ ਨਾ ਇੰਜਨ ਦਾ ਉਹ ਮੇਰਾ 2-3 ਦਿਨ ਉਹ ਵਾਵਾ ਚੇਅਰ ਹੋ ਗਿਆ ਚੇਂਜ ਨਹੀਂ ਕਰਵਾਇਆ ਤਕਰੀਬਨ 1.5 ਮਹੀਨਾ ਹੋ ਗਿਆ ਮੈਂ ਕਿਹਾ ਉਹ ਵੀ ਚੇਂਜ ਕਰਵਾ ਲਈਏ ਉਹ ਚੇਂਜ ਕਰਵਾ ਕੇ ਅਤੇ ਦਾ ਸ਼ਾਇਦ ਇੱਕੋ ਵਾਰੀ ਮੈਂ ਸਾਰਾ ਕੰਮ ਨਿਪਟਾ ਲਈਏ ਨਾ ਰੋਜ਼ ਰੋਜ਼ ਨਹੀਂ ਹੁੰਦਾ ਨਾ ਮੈਂ ਸਕੂਟਰ 'ਚ ਤੇਲ ਇੰਨਾ ਨਿਕਲਿਆ ਤੂੰ ਸੋਚ ਨਹੀਂ ਸਕਦੇ ਚੈੱਕ ਕਰ ਸਾਲੇ ਕੋ ਬੰਬ ਸੇ ਉੜਾ ਦੂੰਗਾ ਸਕੂਟਰ 'ਚ ਤੇਲ ਨਿਕਲਿਆ ਜੇ ਇੰਨਾ ਮੈਥ ਗਿਵ ਆਇਆ ਅਤੇ ਪੈਸੇ ਸ਼ੈਸੇ ਦਿੱਤੇ ਨੇ 2000-2200 ਰੁਪਇਆ ਦੇ ਕੇ ਅਤੇ ਹੁਣ ਸਿੱਧਾ ਅਤੇ ਸਿੱਧਾ ਸ਼ਹਿਰ ਘਰ ਰਵਾਨਾ ਹੁੰਦੇ ਹਾਂ ਇਨ ਸ਼ਾ ਅੱਲਾ ਤੁਹਾਨੂੰ ਪਿੰਡ ਜਾ ਕੇ ਮਿਲਣਾ ਸਿੱਧਾ ਪੂਰੇ 200 ਦਾ ਤੇ ਬਿਸਮਿਲ੍ਲਾਹ ਪੂਰੇ 200 ਦਾ ਤੇਲ ਪਵਾਇਆ 200 ਪੂਰੇ ਮੈਂ ਵੀ ਫਿਰ ਦੱਸਦਾ ਗਰੂਟ ਦੀ ਕਿ ਮੈਂ ਬੜਾ ਤੇਲ ਪਵਾ ਲਿਆ ਅਤੇ ਮੇਰਾ ਵੀ ਚੱਕਣ ਡਿੱਗ ਪਿਆ ਚਲੋ ਚੱਲਦੇ ਹਾਂ ਟਰੈਕਟਰ ਲੱਗਿਆ ਪਤਾ ਨੀ ਤੁਹਾਨੂੰ ਦਿਸਦਾ ਆਵਾਜ਼ ਆਉਂਦੀ ਪਈ ਪਰ ਦਿਸਦਾ ਨੀ ਪਿਆ ਇਹ ਤੁਹਾਨੂੰ ਥੋੜਾ ਅੱਜ ਸ਼ਾਇਦ ਦਿਸ ਪਵੇ ਇੱਕ ਦਿਨ ਪਰ ਆਉਂਦੀ ਸੀ ਅੱਜ ਮਿੰਟ ਹੋਰ ਥੋੜਾ ਅੱਜ ਉੱਥੇ ਲੱਗਿਆ ਟਰੈਕਟਰ ਜ਼ਮੀਨਾਂ ਅਤੇ ਇੱਧਰ ਮੈਂ ਆਇਆ ਮੈਂ ਮੌਸਮ ਵੇਖਣਾ ਆਇਆ ਅਤੇ ਮਾਸ਼ਲ ਮੈਂ ਮੌਸਮ ਚੈੱਕ ਕਰੋ ਕਿਆ ਬਾਤ ਹੈ ਯਕੀਨ ਮੰਨੋ ਹਾਏ ਹਾਏ ਇੰਨਾ ਸੋਹਣਾ ਮੌਸਮ ਬਣਿਆ ਹੋਇਆ ਇੱਥੇ ਅਸਲ ਵਿੱਚ ਉਹ ਜਗ੍ਹਾ ਤੁਹਾਨੂੰ ਥੋੜ੍ਹੀ ਥੋੜ੍ਹੀ ਦਿਸਦੀ ਪੀਣ ਉੱਥੋਂ ਸੂਰਜ ਗਰੋਹ ਬਣਿਆ ਲੈ ਉੱਤੋਂ ਮੌਸਮ ਐਂ ਦਾ ਬਣਿਆ ਨਾ ਜਿਕਨ ਬਾਰਿਸ਼ ਊਂ ਹੀ ਆਊਏ ਅਤੇ ਹਨੇਰਾ ਗੋਪ ਹੋਇਆ ਅਤੇ ਆਇਆ ਇੱਧਰ ਬਿਲਕੁਲ ਸੁਨਸਾਨ ਜਗ੍ਹਾ ਵਿੱਚ ਕਿਲੇ ਜ਼ਮੀਨ ਵੀਤੀ ਹੈ ਵਿੱਚ ਪੱਠੇ ਗੱਡੀ ਦੇ ਵਿੱਚ ਜ਼ਮੀਨ ਕਿਉਂਕਿ ਸਾਰੀਆਂ ਟੋਟਲ ਮੰਜੀਆਂ ਵੱਡੀ ਹੈਗੀਆਂ ਨੇ ਇੱਧਰ ਇੱਧਰ ਜਿੱਧਰ ਮੈਂ ਨਜ਼ਰ ਮਾਰਨਾ ਪਿਆ ਨਾ ਸਾਰੇ ਕਿਰੇ ਤੁਹਾਨੂੰ ਅੱਜ ਦੱਸ ਰਿਹਾ ਅੱਜ ਸਾਰੇ ਕਿਰੇ ਮੰਜੀਆਂ ਵੱਡੀ ਗਈਆਂ ਨੇ ਅਤੇ 100 ਵਿੱਚੋਂ ਤਕਰੀਬਨ 90-95% ਮੰਜੀਆਂ ਵੱਡੀ ਗਈਆਂ ਨੇ 5% ਸ਼ਾਇਦ ਰਹਿ ਗਈਆਂ ਹੋਣ ਅਤੇ ਹੁਣ ਪੱਠੇ ਛੱਟੇ ਅੱਗੋਂ ਕਣਕ ਗੱਡਣ ਲੱਗੇ ਨੇ ਕਈ ਅਤੇ ਕਈ ਪੱਠੇ ਗੱਡਣ ਲੱਗੇ ਨੇ ਐ ਗੁੱਡ ਨਿਊਜ਼ ਤੁਹਾਡੀ ਸਰ ਅਤੇ ਬਾਕੀ ਚਲੋ ਇੱਧਰ ਆਵਾਜ਼ ਤਾਂ ਆਉਂਦੀ ਨਹੀਂ ਚਿੜੀਆਂ ਚਿੜੀਆਂ ਦੀ ਚੱਲਣੇ ਹਾਂ ਸਿੱਧਾ ਕਾਰ ਅਤੇ ਇਨ ਸ਼ਾਅੱਲਾ ਤੁਹਾਨੂੰ ਬਾਅਦ ਮੈਂ ਮੁਲਾਕਾਤ ਹੋਤੀ ਹੈ ਆਪਸੇ ਬਾਏ ਬਾਏ ਹੁਣ ਮੈਂ ਆ ਕੇ ਕਾਰ 'ਚ ਕਾਰ ਆ ਮੈਂ ਕੀ ਕਰੂੰ ਤੁਹਾਨੂੰ ਦੱਸ ਮੈਂ ਆਖਿਆ ਅੱਜ ਗੁੱਸਾ ਕਰ ਜੀਏ ਬਾਹਵਾਂ ਸ਼ਾਵਾਂ ਟੁੰਗੇ ਤੁਸੀਂ ਆਖੋ ਮੈਂ ਪਤਾ ਨਹੀਂ ਕੀ ਕਰੋਗੇ ਕੋਈ ਨਹੀਂ ਕਰੋ ਬਸ ਅੱਲਾ ਜੀ ਜ਼ਿਆਦਾ ਗੰਦੀ ਹੋ ਗਈ ਵੇਖਿਆ ਜੀ ਢੇਰ ਧੂੜ ਮਿੱਟੀ ਕੱਟਾ ਇੰਜਨ ਮੈਂ ਫਿਰ ਅੱਜ ਮਾੜਾ ਮੋਟਾ ਕੰਮ ਸ਼ੰਮ ਕਰਵਾਇਆ ਇਹ ਚੈੱਕ ਕਰੋ ਦੇਖੋ ਦਬਾ ਕੇ ਲਾਉਣੀ ਪੈਂਦੀ ਹੈ ਨਾ ਮਿੱਟੀ ਉਂਝ ਵੀ ਢੇਰ ਗੰਦਮ ਗੰਦੀ ਹੋਈ ਹੈ ਮੈਂ ਆਖਿਆ ਫਿਰ ਇਹਨੂੰ ਅੱਜ ਧੋ ਸਰੀਏ ਕਿਉਂਕਿ ਧੋ ਕੇ ਖਲਵਾ ਸਰ ਆਉਂਦਾ ਸਾਰੀ ਰਾਤ ਖਲੋਤੀ ਰਹੇ ਦੀ ਸੁਬਹਾ ਫਿਰ ਸਟਾਰਟ ਹੋ ਜਾਏਗੀ ਬਾਕੀ ਉਹਨਾਂ ਨੂੰ ਇੱਕ ਵਾਰ ਧੋਨੇ ਹਾਂ ਧੋ ਕੇ ਉਹਨੂੰ ਲਸ਼ ਪਸ਼ ਕਰਨੇ ਹਾਂ ਪੂਰਾ ਲਸ਼ ਪਸ਼ ਕਰ ਕੇ ਇਹ ਵੇਖਿਆ ਜੇ ਮੈਂ ਦਬਾਇਆ ਤੂੰ ਧੋੜ ਅੱਗੇ ਲਿਖ ਲਈਏ ਨਾ ਇਹ ਸਿਰਫ ਮੈਂ ਉਂਗਲੀ ਮਾਰੀ ਅਤੇ ਉਂਗਲੀ ਤਾਂ ਇੰਨੀ ਧੋੜ ਲੱਗੀ ਤੁਸੀਂ ਆਪਸ ਆਪ ਲਓ ਕਿੰਨੀ ਗੰਦੀ ਹੋਈ ਇਹਨਾਂ ਨੂੰ ਇੱਕ ਵਾਰ ਧੋਨੇ ਹਾਂ ਧੋ ਕੇ ਫਿਰ ਤੁਹਾਡੇ ਸਾਹਮਣੇ ਆਉਂਦੇ ਚਲੋ ਮੈਂ ਟਾਈਮ ਫਲੈਪ ਲਾ ਸਕਦਾ ਤੁਸੀਂ ਵੇਖ ਲਓ
ਉਹ ਟਾਈਮ ਸਲੈਬ ਲਾਣੇ ਦੀ ਬੜੀ ਕੋਸ਼ਿਸ਼ ਕੀਤੀ ਹੈ ਉਹ ਪਰ ਗੰਦਾ ਹੁੰਦਾ ਵੇਖਿਆ ਦੂਰ ਕਰੀਏ ਫਿਰ ਹਨੇਰਾ ਹੁੰਦੇ ਅਤੇ ਹਨੇਰੇ ਤੁਹਾਨੂੰ ਵਹਾਣੇ ਦਾ ਕੋਈ ਫਾਇਦਾ ਕੋਈ ਨਹੀਂ ਬਾਕੀ ਇਨਸ਼ਾਅੱਲਾ ਤੁਹਾਨੂੰ ਨਾ ਇਹਨੂੰ ਲਿਸ਼ਕਾ ਮਸ਼ਕਾ ਕੇ ਸਾਫ਼ ਸੁਥਰਾ ਧੋ ਕੇ ਅਤੇ ਫਿਰ ਕੋਈ ਦਮ ਤੁਹਾਡੇ ਸਾਹਮਣੇ ਵਹਾਣਾ ਤੁਹਾਡੀ ਕੋਈ ਦਮ ਲਿਆਉਣਾ ਚਲੋ ਬਾਏ ਮਾਸ਼ਾਅੱਲਾ ਵੀਵਰ ਮੇਰੀ ਜਾਣੀ ਤਿਆਰ ਹੋ ਕੇ ਖਲੋਤੀ ਹੈ ਯਕੀਨ ਮਨਾ ਆਏ ਹਾਏ ਚੈੱਕ ਕਰ ਤੁਹਾਨੂੰ ਮੈਂ ਚੈੱਕ ਕਰਾਵਾਂ ਪਹਿਲਾਂ ਬੈਕ ਤੋਂ ਸ਼ੁਰੂ ਕਰਾਂ ਫਿਰ ਚਲੋ ਬੈਕ ਤੋਂ ਸ਼ੁਰੂ 3 2 1 ਗੋ ਹਾਏ ਹਾਏ ਚਮਕਦੀ ਪਈ ਹਾਏ 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 ਵਲੇਕਰ ਭਾਈ ਯੂਟਿਊਬ ਚੈਨਲ ਥੱਲੇ ਗੁੱਜਰ ਆਪਣਾ ਲਿਖਿਆ ਜੀ ਟੀ ਕੇ 68 ਮੇਰੀ ਲੰਬ ਪਲੇਟ ਠੀਕ ਹੈ ਇਹ ਦੀ ਬੈਕ ਸਾਈਡ ਤੁਹਾਨੂੰ ਟੋਟਲ ਵਹਾਵਾਂ ਨਾ ਇਹ ਮਾਸ਼ਾਅੱਲਾ ਦੀ ਇੱਕ ਸਾਈਡ ਹੁਣ ਤੁਹਾਨੂੰ ਇਹਦੇ ਫਰੰਟ ਲੁੱਕ ਚੈੱਕ ਕਰਾਂ ਪਹਿਲਾਂ ਮਾਸ਼ਾਅੱਲਾ ਤੋਂ ਸ਼ੁਰੂ ਕਰਨੇ ਆ ਮਾਸ਼ਾਅੱਲਾ ਸਪੀਡ ਚੈੱਕ ਕਰ ਹੁਣ ਰੇਮ ਚੈੱਕ ਕਰੋ ਅੱਗੇ ਚੈੱਕ ਕੀਤਾ ਜੇ ਅਤੇ ਹੁਣ ਚੈੱਕ ਕਰੋ ਪੂਰੀ ਲਸ਼ਕ ਨਹੀਂ ਗਈ ਪੂਰਾ ਅੱਧਾ ਘੰਟਾ ਲਾਇਆ ਅਤੇ ਤਾਂ ਲਿਸ਼ਕਾਈਏ ਇੰਜੇ ਨਹੀਂ ਲਿਸ਼ਕਦੀਆਂ ਲਿਸ਼ਕਦੀਆਂ ਪਿਆ ਨਾ ਅਤੇ ਇਨਸ਼ਾਅੱਲਾ ਜਿਸ ਟਾਈਮ ਦਿਹਾੜ ਹੋਵੇ ਤਾਂ ਫਿਰ ਤਾਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਲੱਗੀ ਸੀ ਉਹ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਸੁਬਾਹ ਵਹਾਵਾਂ ਦਾ ਜਿਹੜੀ ਕੱਲ੍ਹ ਮੈਂ ਸਟਾਰਟ ਕਰਨੀ ਹੈ ਵੀਡੀਓ ਅਤੇ ਕੈਸੀ ਲੱਗੀ ਹੈ ਲਾਈਟਾਂ ਸ਼ਾਈਟਾਂ ਬਾਲ ਕੇ ਮੈਂ ਚੈੱਕ ਕਰ ਲਵਾਂ ਕਿ ਨਾ ਬਾਲਾਂ ਕਿਉਂਕਿ ਹੁਣ ਇੱਕਦਮ ਸਟਾਰਟ ਕੀਤੀ ਅਤੇ ਨੁਕਸਾਨ ਵੀ ਹੋ ਸਕਦਾ ਕਿਉਂਕਿ ਯਾਸ਼ਾ ਤਾਰਾਂ ਗਿੱਲੀਆਂ ਨੇ ਫਿਰ ਨੁਕਸਾਨ ਹੋ ਸਕਦਾ ਬਸ ਤੁਹਾਨੂੰ ਵਹਾਣੀ ਜਿਹੜੀ ਵਹਾ ਲਈ ਤੁਸੀਂ ਵੇਖ ਲਈਏ ਅਤੇ ਹੁਣ ਮੈਨੂੰ ਤਾਂ ਇਜਾਜ਼ਤ ਅਤੇ ਠੀਕ ਹੈ ਮੈਂ ਇਹਦੀ ਵੀਡੀਓ ਇੱਥੇ ਖਤਮ ਕਰਨਾ ਜੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅਤੇ ਡੋਂਟ ਪ੍ਰੈਸ ਦਾ ਬੈਲ ਆਈਕਨ ਬਾਈ ਜਿਹੜੀ ਘੰਟੀ ਹੁੰਦੀ ਹੈ ਘੰਟੀ ਦਬਾਉਣਾ ਨਹੀਂ ਭੁੱਲਣਾ ਕਿਉਂਕਿ ਜਿਹੜੀ ਮੈਂ ਵੀਡੀਓ ਨਵੀਂ ਅਪਲੋਡ ਕਰਾਂ ਤਾਂ ਤੁਹਾਡੇ ਕੋਲ ਫੌਰਨ ਤੋਂ ਫੌਰਨ ਪਹੁੰਚ ਜਾਵੇ ਜੀ ਠੀਕ ਹੈ ਅੱਜ ਦੀ ਵੀਡੀਓ ਖਤਮ ਕਰਨੀ ਆ ਇਨਸ਼ਾਅੱਲਾ ਮਿਲਦੇ ਨਵੀਂ ਵੀਡੀਓ ਕੇ ਸਾਥ ਓਕੇ ਬਾਏ ਅਸਲਾਮ ਵਾਲੇਕੁਮ।